ਅਸਲਾਮੁਅਲੈਕੁਮ ਨਾਜ਼ਰੀਨ, ਮੈਂ ਵਾਂ ਤੁਹਾਡਾ ਮੇਜ਼ਬਾਨ ਡਾਕਟਰ ਇਜਾਜ਼ ਬੇਗ ਅਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸ਼੍ਰੀਨੀ ਵੰਡੀ ਦੀ। ਅੱਜ ਮੈਂ ਇੱਕ ਐਸੇ ਟਾਪਿਕ 'ਤੇ ਗੱਲ ਕਰਾਂਗਾ ਜਿਹਦੇ ਲਈ ਹਰ ਬੰਦੇ ਦੇ ਦਿਲੇ 'ਚ ਅਰਮਾਨ ਹੈ ਕਿ ਉਹਦਾ ਵਿਆਹ ਹੋਏ। ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ। ਖਾਨ ਸਾਹਿਬ, ਕੀ ਹਾਲ ਚਾਲ ਹੈ ਤੁਹਾਡਾ? ਮੈਂ ਵੇਖਿਆ ਕਿ ਅੱਜ ਕੱਲ੍ਹ ਤੁਸੀਂ ਜਿਹੜਾ ਜ਼ਰਾਵਰ ਅਲੀ ਅਕਬਰ ਮੈਮੋਰੀਅਲ ਜਿਹੜਾ ਟਰੱਸਟ ਹੈ, ਇਹਦੇ ਤਹਿਤ ਤੁਸੀਂ ਜਿਹੜੇ ਨਾ ਸ਼ਾਦੀਆਂ ਕਰਵਾ ਰਹੇ ਹੋ, ਤੜਾਤੜ ਸ਼ਾਦੀਆਂ ਹੋ ਰਹੀਆਂ, ਤੜਾਤੜ ਸ਼ਾਦੀਆਂ ਹੋ ਰਹੀਆਂ ਨੇ। ਪਹਿਲੇ ਸਭ ਤੋਂ ਪਹਿਲੇ ਤਾਂ ਸੁਸਾਇਟੀ ਦਾ ਤੁਹਾਨੂੰ ਮੈਨੂੰ ਪਤਾ ਲੱਗ ਗਿਆ, ਸਭ ਤੋਂ ਪਹਿਲੇ ਇਹ ਦੱਸੋ ਕਿ ਜ਼ਰਾਵਰ ਅਲੀ ਅਕਬਰ ਇਹ ਸਭ ਹੈ ਕੌਣ? ਮੈਂ ਵੇਖਿਆ ਕਿ ਤੁਸੀਂ ਦਿਨ ਰਾਤ ਇੱਕ ਕਰ ਛੱਡੇ, 24 ਘੰਟੇ ਲੱਗੇ ਇਸ ਪਾਸੇ। ਇੰਤਹਾਈ ਕਾਬਲ ਇਤਰਾਮ ਔਰ ਮੇਰੇ ਦੋਸਤ, ਇਹ ਉਹਨਾਂ ਦੇ ਬੇਟੇ ਨੇ ਜੀ, ਇਹਨਾਂ ਦੀ ਰੱਥ ਹੋ ਗਈ ਹੈ। ਅੱਛਾ ਅੱਛਾ। ਔਰ ਮੇਰੇ ਜਿਹੜਾ ਹੈ ਜੀ, ਆਪਣੇ ਦੋਸਤ ਨਾਲ ਬਹੁਤ ਜ਼ਿਆਦਾ ਮਤਲਬ ਹੈ, ਤੁਹਾਡੇ ਕਰੀਬੀ। ਹਾਂ ਜੀ, ਬਿਲਕੁਲ। ਔਰ ਮੈਂ ਸਮਝਦਾ ਕਿ ਜ਼ਰਾਵਰ ਅਲੀ ਅਕਬਰ ਵੀ ਮੇਰਾ ਹੀ ਬੇਟਾ ਹੈ। ਤਸਵੀਰਾਂ ਮਾਸ਼ਾਅੱਲਾ ਛਪਦੀਆਂ ਵੇਖੀਆਂ ਜ਼ਰਾਵਰ ਅਲੀ ਅਕਬਰ ਮੈਮੋਰੀਅਲ ਸੋਸਾਇਟੀ, ਇਹਦੇ ਤਹਿਤ ਮੈਂ ਕੰਮ ਹੁੰਦਾ ਵੇਖਿਆ ਕਿ ਦੁਲਹਨਾਂ ਜਿਹੜੀਆਂ ਨੇ ਬੈਠੀਆਂ ਨੇ, 10-10, 15-15, 20-20, ਤੇ ਮਹਿਮਾਨ ਵੀ ਬੈਠੇ ਨੇ, ਜੇਤ ਵੀ ਉੱਥੇ ਪਿਆ, ਸਾਰਾ ਕੁਛ ਪਿਆ। ਇਹ ਸਾਰੇ ਕੋਈ ਖਾਸ ਪ੍ਰੋਜੈਕਟ ਹੈ, ਮਤਲਬ ਕਿ ਜਿਹੜਾ ਇਹਨਾਂ ਦਾ ਦਿਲ ਚ ਖਾਸ ਸੀ ਕਿ ਇਹ ਕੰਮ ਕਰਨਾ ਚਾਹੀਦਾ? ਸਰ, ਖਾਸ ਪ੍ਰੋਜੈਕਟ ਨਹੀਂ ਹੈ, ਅਸੀਂ ਮਤਲਬ ਇਹਨੂੰ ਖਾਸ ਬਣਾਤਾ। ਅੱਛਾ, ਖਾਸ ਬਣ ਗਏ ਤੁਸੀਂ। ਸਮਝਦੇ ਹੋ ਕਿ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਸਾਡਾ ਮੁਆਸ਼ਰਾ ਜਿਹੜਾ ਹੈ, ਇਹ ਕੋਈ ਬਦਹਾਲੀ ਦਾ ਗੁਰਬਤ ਦਾ ਸ਼ਿਕਾਰ ਹੈ, ਲੋਕੀ ਆਪਣੇ ਘਰ ਦਾ ਬਿੱਲ ਨਹੀਂ ਦੇ ਸਕਦੇ, ਤੇ ਵਿਆਹ ਸ਼ਾਦੀ ਵਿਚਾਰੇ ਕਿੱਥੋਂ ਕਰਨ? ਅਸੀਂ ਸਰ ਸੋਚਦੇ ਹਾਂ ਕਿ ਜੀ, ਇਸ ਪਲੇਟਫਾਰਮ ਤੋਂ ਨਾ, ਅਸੀਂ ਜ਼ਰਾਵਰ ਅਲੀ ਅਕਬਰ ਮੈਮੋਰੀਅਲ ਸੋਸਾਇਟੀ ਦੇ ਪਲੇਟਫਾਰਮ ਤੋਂ ਅਸੀਂ ਹਰ ਉਹ ਕੰਮ ਕਰੀਏ ਜਿਹਦੇ ਨਾਲ ਡਾਇਰੈਕਟ ਲੋਕਾਂ ਨੂੰ ਫਾਇਦਾ ਹੋਵੇ। ਅੱਛਾ ਅੱਛਾ। ਜਿਹਦੇ 'ਚ ਇਜਤਮਾਈ ਸ਼ਾਦੀ ਹੈ, ਵਾਟਰ ਟ੍ਰੀਟਮੈਂਟ ਪਲਾਂਟ ਹੈ। ਅੱਛਾ, ਤੇ ਨਹੀਂ ਤੁਸੀਂ ਇਹ ਦੱਸੋ ਜੀ ਜੀ, ਬਲਕਿ ਜਿਹੜਾ ਵੀ ਕੋਈ ਕੰਮ, ਜਿਹੜਾ ਰਫਾਈ ਆਮਾ ਦਾ ਕੰਮ ਹੈ ਤੁਸੀਂ। ਅੱਛਾ, ਤੁਸੀਂ ਇਹ ਜਿਹੜਾ ਜ਼ਰਾਵਰ ਅਲੀ ਅਕਬਰ ਮੈਮੋਰੀਅਲ ਸੋਸਾਇਟੀ ਸਰ, ਇਹਦੇ ਤਹਿਤ ਤੁਸੀਂ ਹੁਣ ਤੱਕ ਕਿੰਨੀਆਂ ਸ਼ਾਦੀਆਂ ਕਰਾ ਚੁੱਕੇ? ਹੁਣ ਤੱਕ ਜੀ ਤਕਰੀਬਨ ਕੋਈ 26 ਕਰਵਾ ਚੁੱਕੇ। ਅੱਛਾ, 26 ਸ਼ਾਦੀਆਂ ਤੁਸੀਂ ਕਰਾ ਚੁੱਕੇ। ਉਹਨਾਂ ਕੋਲ ਕੋਈ ਫੀਸ ਲੈਂਦੇ ਹੋ? ਨਹੀਂ, ਕੋਈ ਫੀਸ ਬਗੈਰ ਕਿਸੇ ਲਾਲੇ ਤੋਂ? ਬਗੈਰ ਕੋਈ ਲਾਲੇ। ਅੱਛਾ, ਤੇ ਜਿਹੇਜ਼ ਕੌਣ ਦਿੰਦਾ? ਜਿਹੇਜ਼ ਜੀ ਫਿਲੈਂਥ੍ਰੋਪਿਸਟ, ਜਾਂ ਮੇਰੇ ਚੈਰਿਟੀ ਪਰਸਨ? ਹਾਂ, ਚੈਰਿਟੀ ਪਰਸਨ ਨੇ, ਜਾਂ ਮੇਰੇ ਦੋਸਤ ਨੇ, ਜਾਂ ਮੇਰੇ ਭਾਈ ਨੇ, ਜਾਂ ਫੈਮਿਲੀ ਦੇ ਲੋਕ ਨੇ, ਜਾਂ ਐਸੇ ਦੋਸਤ ਨੇ ਜਿਹੜੇ ਕਿ ਜਿਨ੍ਹਾਂ ਕੋਲ ਨਾਂ ਨਹੀਂ ਹੈ। ਅੱਛਾ ਅੱਛਾ, ਇਹਦਾ ਮਤਲਬ ਕਿ ਜਿਹੜੇ ਸਾਡੇ ਸ਼ਹਿਰ 'ਚ ਲੋਕ ਚੰਗਾ ਕੰਮ ਕਰਨਾ ਚਾਹੁੰਦੇ ਮੁਆਸ਼ਰੇ ਲਈ, ਐਸੇ ਲੋਕ ਮੌਜੂਦ ਹੈ ਜੀ? ਬਿਲਕੁਲ, ਇੱਕ ਇਨੀਸ਼ੀਏਟਿਵ ਇਹਦਾ ਹੋਰ ਵੀ ਲਿਆ ਨਾ ਜੀ ਜੀ, ਅਸੀਂ ਓਲਡ ਏਜ ਹੋਮ ਵੀ ਇਹਦਾ ਹੀ ਬਣਾਇਆ। ਅੱਛਾ, ਓਲਡ ਏਜ ਹੋਮ ਵੀ ਤੁਸੀਂ ਬਣਾ ਦਿੱਤਾ, ਮਤਲਬ ਕਿ ਵਿਆਹ ਤੋਂ ਬਾਅਦ ਜੇ ਨੂੰ ਲੜ ਪਏ ਤੇ ਸਹੁਰੇ ਨੂੰ ਉੱਥੇ ਪੇਸ਼ ਆਂਡ ਆਈਏ। ਹਾਂ ਜੀ, ਬਿਲਕੁਲ ਜੀ। ਅੱਛਾ, ਇਹ ਤੁਸੀਂ ਮਤਲਬ ਕਿ ਜਿਹੇਜ਼ ਵੀ ਸਰ ਮੈਂ ਵੇਖਿਆ ਦਿੰਦੇ ਹੋ, ਤੁਸੀਂ ਪੇਟੀਆਂ ਪਈਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੇਖੀਆਂ, ਇਹ ਜਿਹੜੀਆਂ ਬੁਨਿਆਦੀ ਜ਼ਰੂਰਤ ਦਾ ਸਮਾਨ ਹੁੰਦਾ ਹੈ ਤੁਹਾਡਾ ਟਰੱਸਟ ਜਿਹੜਾ ਅਕਬਰ ਅਲੀ ਮੈਮੋਰੀਅਲ ਸੋਸਾਇਟੀ ਜਿਹੜੀ ਇਹ ਦਿੰਦੀ ਹੈ? ਜੀ, ਬਿਲਕੁਲ। ਅੱਛਾ, ਤੇ ਬਕਾਇਦਾ ਸ਼ਾਦੀ ਹੁੰਦੀ ਹੈ ਉੱਥੇ? ਬਕਾਇਦਾ ਸ਼ਾਦੀ ਕਰਕੇ ਲੋਕੀ ਆਉਂਦੇ ਨੇ? ਬਕਾਇਦਾ ਸ਼ਾਦੀ ਹੈ, ਨਿਕਾਹ ਹਾਂ, ਉੱਥੇ ਹੀ ਆਉਂਦਾ ਹੈ, ਉੱਥੇ ਹੀ ਸਾਰਾ ਸਿਸਟਮ ਹੈ। ਲੋਕਾਂ ਨੂੰ ਤੁਸੀਂ ਮਤਲਬ ਇਸ਼ਤਿਹਾਰ ਦਿੰਦੇ ਹੋ? ਨਹੀਂ, ਕੋਈ ਇਸ਼ਤਿਹਾਰ ਨਹੀਂ, ਹੁਣ ਤੱਕ ਅਸੀਂ ਜਿੰਨਾ ਕੰਮ ਕਰ ਚੁੱਕੇ ਹਾਂ ਲੋਕਾਂ ਨੂੰ ਪਤਾ ਹੈ ਕਿ ਜੀ ਇਹ ਇਦਾਰਾ ਕੰਮ ਕਰ ਰਿਹਾ। ਅੱਛਾ, ਤੋ ਲੋਕੀ ਤੁਹਾਡੇ ਕੋਲ ਕੀ ਮਤਲਬ ਕਿਵੇਂ ਆਉਂਦੇ ਨੇ? ਤੁਹਾਡੇ ਇਸ਼ਤਿਹਾਰ ਪੜ੍ਹ ਕੇ ਆਉਂਦੇ ਨੇ ਜਾਂ ਬਲਕਿ ਤੁਹਾਨੂੰ ਕਾਲ ਕਰਕੇ ਆਉਂਦੇ ਨੇ? ਕੋਈ ਇਸ਼ਤਿਹਾਰਬਾਜ਼ੀ ਤੇ ਨਹੀਂ ਕਰਦੇ, ਨਾ ਅਸੀਂ ਉਹਦੇ 'ਚ ਕੋਈ ਇੱਦਾਂ। ਨਹੀਂ, ਮੈਂ ਫਰਜ਼ ਕਰੋ ਕਿ ਇੱਕ ਬੰਦਾ ਸ਼ਾਦੀ ਕਰਨਾ ਚਾਹੁੰਦਾ ਕਿ ਉਹਦੇ ਹਾਲਾਤ ਸਾਥ ਨਹੀਂ ਦੇ ਰਹੇ ਜਾਂ ਉਹਦੀ ਬੱਚੀ ਹੈ, ਉਹ ਬੇਟੀ ਦੀ ਸ਼ਾਦੀ ਕਰਨਾ ਚਾਹੁੰਦਾ, ਤੁਹਾਡੇ ਨਾਲ ਫੋਨ ਤੇ ਕੰਟੈਕਟ ਕਰਦੇ? ਜੀ ਬਿਲਕੁਲ, ਆਫਿਸ ਦੇ ਵਿੱਚ ਕਈ ਅਸੀਂ ਖਵਾਤੀਨ ਆਉਂਦੀਆਂ ਨੇ, ਉਹਨਾਂ ਕੋਲ ਤਕਰੀਬਨ ਹੁੰਦਾ ਹੈ, ਉਹ ਲੋਕ ਕਹਿੰਦੇ ਨੇ ਕਿ ਜੀ ਕਿ ਸਾਨੂੰ ਆਪਣਾ ਅਗਰ ਐਸਾ ਕੋਈ ਸਿਲਸਿਲਾ ਹੋਏ ਤੇ ਦੱਸਣਾ। ਇਸ ਦਫਾ ਅਸੀਂ ਇਨੀਸ਼ੀਏਟਿਵ ਲਿਆ। ਅੱਛਾ ਅੱਛਾ। ਔਰ ਉਹਨਾਂ ਨੂੰ ਅਸੀਂ ਇਨਫੋਰਮ ਕੀਤਾ। ਅੱਛਾ, ਤੇ ਇਹਦਾ ਮਤਲਬ ਕਿ ਲੋਕੀ ਫਿਰ ਜਦੋਂ ਤੁਹਾਡੇ ਕੋ ਆ ਕੇ ਤੇ ਫਿਰ ਕੋਈ ਫਾਰਮ ਫਿਲ ਕਰਨਾ ਪੈਂਦਾ? ਜੀ, ਬਕਾਇਦਾ ਅਸੀਂ ਫਾਰਮ ਬਣਾਇਆ, ਫਿਰ ਸੋਸਾਇਟੀ ਉਹਤੇ ਗੌਰ ਕਰਦੀ ਹੋਵੇ, ਲਾਜ਼ਮੀ ਕਿ ਮੁਸਤਹਿਕ ਵੀ ਬੰਦਾ ਹੈ, ਯਾਨੀ ਉਹ ਇਦਾਰੇ ਤੋਂ ਆ ਜਾਂਦਾ, ਉਹ ਚੇਅਰਮੈਨ ਤੋਂ ਸਾਈਨ ਕਰਵਾ ਕੇ ਆਉਂਦੇ ਨੇ। ਅੱਛਾ ਅੱਛਾ, ਤੇ ਉੱਥੇ ਮਤਲਬ ਕਿ ਫਿਰ ਉਹਨਾਂ ਨੇ ਅਜ਼ੀਜ਼ੋ ਕਰ ਵੀ ਥੋੜੇ ਬਹੁਤੇ ਬੁਲਾਉਂਦੇ? ਜੀ ਬਿਲਕੁਲ।
ਅਲਮਰ ਜੀ ਮੈਂ ਪੂਰਾ ਫੰਕਸ਼ਨ ਹੁੰਦਾ ਇਸ ਤਰ੍ਹਾਂ ਹੁੰਦਾ ਇੱਕ ਫੰਕਸ਼ਨ ਕਰਕੇ ਜੀ ਪੂਰਾ ਜੀ ਜੀ ਖਾਣਾ ਸ਼ਾਣਾ ਖਵਾ ਕੇ ਦੁਲਹਨ ਨੂੰ ਬਗੈਰ ਰੁਖਸੀ ਦਾ ਇੱਕ ਇਵੈਂਟ ਜੀ ਉਹ ਅੱਛਾ ਇੱਕ ਤੁਹਾਡੇ ਦਿਲ ਚ ਕਦੀ ਖਿਆਲ ਆਇਆ ਕਿ ਮੈਂ ਵੀ ਇੱਕ ਆਪਣਾ ਹੋਰ ਫਾਰਮ ਜਿਹਾ ਕਰਾ ਲਾ ਵੈਲਕਮ ਜੀ ਐਨੀ ਟਾਈਮ ਆਪਣੇ ਘਰੋਂ ਇਜਾਜ਼ਤ ਲੈ ਕੇ ਆਓ ਜੀ ਬੜੀ ਸਖਤੀ ਹੋ ਗਈ ਹੈ ਤੇ ਇੱਥੇ ਕੋਈ ਰਿਆਤ ਨਹੀਂ ਹੈ ਔਰਤਾਂ ਨੇ ਜਿਹੜੇ ਵੇਖੋ ਜੀ ਕਾਨੂੰਨ ਦੇ ਜਿਹੜੇ ਬਣਾਏ ਗਏ ਨੇ ਹੁਣ ਉਹਨਾਂ ਨੇ ਜੋ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਦਿੱਤੇ ਗਏ ਜੀ ਬਿਲਕੁਲ ਵਿਚਾਰੀਆਂ ਔਰਤਾਂ ਜਾਣਦੀ ਨਹੀਂ ਹੈ ਠੀਕ ਹੈ ਇਹ ਤਾਂ ਬੰਦਿਆਂ ਨੂੰ ਹਿੱਲਣ ਨਾ ਦੇਣ ਜੀ ਬਿਲਕੁਲ ਅੱਛਾ ਤੇ ਤੁਸੀਂ ਇਹ ਕਾਮਯਾਬੀ ਨਾਲ ਵੇਖਿਆ ਕਿੰਨਾ ਕੀ ਤਨਾਸਬ ਕੀ ਇਹਨਾਂ ਦਾ ਹਲੇ ਤੱਕ ਸਾਡੇ ਕੋਲ ਕੋਈ ਐਸੀ ਕੰਪਲੇਂਟ ਨਹੀਂ ਬਾਕਾਇਦਾ ਤੁਹਾਨੂੰ ਪਤਾ ਹੈ ਕਿ ਫੈਮਿਲੀ ਸਿਸਟਮ ਹੈ ਉਹਦੇ ਵਿੱਚ ਬਿਲਕੁਲ ਬੇਸਿਕਲੀ ਲੋਕ ਮਾੜੇ ਹੁੰਦੇ ਨੇ ਬਲਕਿ ਉਹ ਆਪਣੇ ਉਹਨਾਂ ਦੀ ਕੋਸ਼ਿਸ਼ ਹੁੰਦੀ ਜੇ ਸਾਡਾ ਹੋ ਗਿਆ ਤੇ ਅਸੀਂ ਮਿਲ ਜੁਲ ਕੇ ਇਕੱਠੇ ਹੋ ਗਏ ਜੀ ਬੇਕ ਸਾਹਿਬ ਉਹ ਰਿਸ਼ਤੇਦਾਰੀਆਂ ਪਹਿਲੇ ਹੀ ਉਹਨਾਂ ਦੀਆਂ ਡਿਵੈਲਪ ਹੁੰਦੀਆਂ ਨੇ ਰਿਸ਼ਤਾ ਉਹਨਾਂ ਨੇ ਆਲਰੇਡੀ ਪਹਿਲੇ ਕੀਤਾ ਅੱਛਾ ਰਿਸ਼ਤੇ ਹੋ ਹੀ ਹੁੰਦੇ ਨੇ ਲੇਕਿਨ ਉਹਦੇ ਹਾਲਾਤ ਇਜਾਜ਼ਤ ਦੀ ਇਜਾਜ਼ਤ ਦੇ ਹੁੰਦੇ ਕਿ ਰਿਸ਼ਤੇ ਹੋਣ ਦੇ ਬਾਵਜੂਦ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਕਿ ਉਹਨਾਂ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਉਹ ਜਾ ਕੇ ਅਰੇਂਜ ਕਰ ਲੈਣ ਬਿਲਕੁਲ ਵੇਖਿਆ ਕਿ ਮੈਂ ਵੇਖਿਆ ਜਵਾਨ ਕੁੜੀਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਜੇਜ਼ ਦੀ ਵਜ੍ਹਾ ਤੋਂ ਲੋਕਾਂ ਦੀਆਂ ਜਿਹੜੇ ਨਾ ਬੱਚੀਆਂ ਦੇ ਬੂਹੇ ਤੇ ਬੈਠੇ ਰਹਿੰਦੀਆਂ ਇਹ ਤੇ ਬੜਾ ਨਿੱਕੀ ਦਾ ਕੰਮ ਹੈ ਖਾਨ ਸਾਹਿਬ ਬੜਾ ਵੱਡਾ ਕੰਮ ਹੈ ਤੇ ਜਿਹੜਾ ਅੱਛਾ ਮੇਰੇ ਜ਼ਿਹਨੇ ਚ ਫਿਰ ਗੱਲ ਆ ਗਈ ਹੈ ਕਿ ਸਾਡੇ ਕੋਲ ਤਨਖਾਹ ਖਾਣ ਦਾ ਨਾ ਸ਼ਾਦੀ ਹੁੰਦੀ ਹੈ ਤੋ ਦਿਨ ਜਾਂਦੇ ਨੇ ਜਿੰਨੀ ਦੇਰ 5,000 ਨਾ ਲਾਵੇ ਇੱਕ ਨਿਕਾਹ ਦਾ ਤੁਹਾਡੇ ਨਾਲ ਕੋਈ ਮੁੱਕ ਮੁਕਾ ਕੀਤਾ ਹੁੰਦਾ ਜ਼ਾਹਿਰ ਜੀ ਫਿਰ ਕੁਛ ਨਾ ਕੁਛ ਫੀਸ ਦੇਣੀ ਪੈਂਦੀ 25 ਸ਼ਾਦੀ ਦਾ ਕਿ ਮੈਂ ਹਰ ਸ਼ਾਦੀ ਦਾ 5,000 ਉਹ ਤਾਂ ਕੰਮ ਗਿਆ ਨਹੀਂ ਐਸਾ ਨਹੀਂ ਹੈ ਅੱਛਾ ਉਹ ਨਿਕਾਹ ਖਾਨ ਵੀ ਉਹ ਵੀ ਤੁਹਾਡੇ ਨਾਲ ਤਾਵਨ ਕਰਦੇ ਨੇ ਤਾਵਨ ਕਰਦੇ ਨੇ ਕਿ ਉਹ ਜਿਸ ਤਰ੍ਹਾਂ ਤੁਸੀਂ ਮਤਲਬ ਉਹ ਤੁਹਾਨੂੰ ਕਹਿਤਾ ਦੂਸਰੇ ਦੋਸਤ ਨੂੰ ਕਹਿਤਾ ਕਿ ਜੀ ਮਤਲਬ ਉਹ ਵੀ ਹੁਣ ਉਹ ਵੀ ਵੇਖੋ ਉਹਨਾਂ ਦੇ ਦਿਲ ਵਿੱਚ ਹੀ ਖੋ ਰੱਖਦਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਮਾੜੇ ਲੋਕ ਨੇ ਇਹਨਾਂ ਦੀ ਹੈਲਪ ਕਰਨੀ ਮਤਲਬ ਕਿ ਉਹ ਫਿਰ ਮੁਨਾਸਬ ਜਿਹੜੀ ਫੀਸ ਹੈ ਤੁਹਾਡੇ ਇੱਥੋਂ ਹੀ ਵਸੂਲ ਕਰਦੇ ਉਹ ਮਤਲਬ ਇਹਦਾ ਬਰਡਨ ਜਿਹੜਾ ਆਉਣ ਵਾਲੇ ਬੰਦੇ ਤੇ ਕੋਈ ਨਹੀਂ ਹੁੰਦਾ ਨਹੀਂ ਕਦੇ ਤੋਂ ਜਿਹੜੀ ਤੁਹਾਡੀ ਅਜਰਾਵਰ ਵਾਲੀ ਇੱਕ ਵਾਰ ਮੋਲੀ ਸੁਸਾਇਟੀ ਇਹੀ ਸਾਰਾ ਉਹਦਾ ਇਹੀ ਸਾਰਾ ਕਰਦੀ ਇਹੀ ਸਰ ਇਹ ਬੜੀ ਵੱਡੀ ਤੁਹਾਡੀ ਸਾਰਾ ਮੈਨੇਜ ਹੀ ਕਰਦੀ ਹੈ ਮੈਂ ਕਹਿੰਦਾ ਬੜੀ ਵੱਡੀ ਨੇਕੀ ਦਾ ਕੰਮ ਹੈ ਸਰ ਅੱਛਾ ਤੁਸੀਂ ਇਹਦੇ ਨਾਲ ਜ਼ਿਕਰ ਕੀਤਾ ਹੈ ਕਿ ਅਸੀਂ ਜਿਹੜੇ ਨੇ ਇੱਕ 올ਡ ਹੋਮ ਵੀ ਬਣਾਇਆ ਹੈ ਮਤਲਬ ਕਿ ਹੁਣ ਤਾਂ ਨਹੀਂ ਚਾਹੀਦਾ ਹਾਲਾਂਕਿ ਪਾਕਿਸਤਾਨ ਦੇ ਵਿੱਚ ਲੇਕਿਨ ਕਿਉਂਕਿ ਇਹਦਾ ਫਾਇਦਾ ਵੀ ਹੈ ਨੇ ਸਰ ਬਹੁਤ ਸਾਰੇ ਮਸਾਇਲ ਵੀ ਕਹਿੰਦੇ ਬਾਬਿਆਂ ਨੂੰ ਐਸਾ ਆ ਗਿਆ ਹੈ ਕਿ ਤੁਹਾਡਾ ਜ਼ਿਕਰ ਪਹਿਲੇ ਜਦੋਂ ਹੋ ਰਹੀ ਸੀ ਟਾਕ ਉਹਦੇ ਚ ਮੋਬਾਈਲ ਦੇ ਅਸੀਂ ਫਾਇਦੇ ਔਰ ਨੁਕਸਾਨਾਂ ਦੀ ਅਸੀਂ ਗੁਫ਼ਤਗੂ ਕਰ ਰਹੇ ਸੀ ਮੋਬਾਈਲ ਦੇ ਜਿੱਥੇ ਫਾਇਦੇ ਨੇ ਨੁਕਸਾਨ ਵੀ ਹਨ ਐਸੀ ਤਰ੍ਹਾਂ ਸਾਡੀ ਫੈਮਿਲੀ ਸਿਸਟਮ ਜਿਹੜਾ ਨਾ ਕ੍ਰਸ਼ ਕਰ ਗਿਆ ਕ੍ਰਸ਼ ਕਰ ਹਾਲਾਤ ਇਸ ਕਦਰ ਖਰਾਬ ਹੋ ਗਏ ਨੇ ਮੈਂ ਵੇਖਿਆ ਲੋਕਾਂ ਨੇ ਬਿੱਲ ਖਾਨ ਸਾਹਿਬ ਬੜੇ ਨੇ ਇੰਜ ਕਰਕੇ ਤੇ ਸੜਕ ਤੇ ਬੈਠੇ ਤੇ ਵਗਣ ਡੇ ਜਿਹਨਾਂ ਕ੍ਰੈਸ਼ ਹੋ ਗਿਆ ਜੀ ਕਿ ਹੁਣ ਉਸ ਚੀਜ਼ ਨੂੰ ਤੁਹਾਨੂੰ ਸੰਭਾਲਣਾ ਮੁਸ਼ਕਿਲ ਹੋ ਰਿਹਾ ਕਿ ਕਈ ਦਫਾ ਅਸੀਂ ਮਤਲਬ ਪੇਰੈਂਟਸ ਨੂੰ ਰੈਸਕਿਊ ਕੀਤਾ ਹੈ ਉਹਨਾਂ ਦੀਆਂ ਬੈਠਕਾਂ 'ਚੋਂ ਕਿ ਕਮਰਿਆਂ 'ਚੋਂ ਦਲਾਨ 'ਚ ਦਲਾਨ ਤੋਂ ਗਲੀ 'ਚ ਇਸ ਤਰੀਕੇ ਨਾਲ ਉਹਨਾਂ ਦੀ ਮੂਵਮੈਂਟ ਹੁੰਦੀ ਹੈ ਸਾਨੂੰ ਮੁਹੱਲੇ ਵਾਲੇ ਕਹਿ ਦਿੰਦੇ ਨੇ ਕਿ ਬਾਬਿਆਂ ਨੂੰ ਲੈ ਜਾਓ ਯਾਰ ਕੋਈ ਆ ਹਾਂਜੀ ਉਹ ਫਿਰ ਦੇਖ ਲੈਂਦੇ ਇਹਦਾ ਕੋਈ ਐਸਾ ਕੋਈ ਪ੍ਰੋਬਲਮ ਤਾਂ ਨਹੀਂ ਹੈ ਕੋਈ ਅੱਛਾ ਖਾਨ ਸਾਹਿਬ ਤੁਸੀਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਗਏ ਹੋ ਬਹੁਤ ਸਾਰੇ ਸਿਸਟਮ ਨੂੰ ਵੇਖੇ ਨੇ ਨਿਜ਼ਾਮ ਨੂੰ ਵੇਖੇ ਨੇ ਤੁਸੀਂ ਅਸੀਂ ਇੱਥੇ ਐਸੀ ਸੂਰਤ ਹਾਲ ਕਿਉਂ ਨਹੀਂ ਬਣਾਉਂਦੇ ਕਿ ਜਿਹੜੀ ਸਟੇਟ ਹੈ ਸਾਡੀ ਜਿਹੜੀ ਫਰਦ ਦੀ ਕਫਾਲਤ ਕਿਉਂ ਨਹੀਂ ਕਰਦੀ ਇਹ ਸਾਡੀਆਂ ਐਨ ਜੀ ਓਜ਼ ਲੱਗੀਆਂ ਨੇ ਸਾਰੀਆਂ ਕਿ ਇਹਨਾਂ ਨੂੰ ਰਿਲੀਫ ਦਿੱਤਾ ਜਾਏ ਪਬਲਿਕ ਨੂੰ ਰਿਲੀਫ ਦਿੱਤਾ ਜਾਏ ਬਿਲਕੁਲ ਤੁਹਾਡੀ ਗੱਲ ਸਾਡਾ ਜਿਹੜਾ ਨਿਜ਼ਾਮ ਹੈ ਸਾਡੀ ਜਿਹੜੀ ਇਹ ਨਾਮ ਨਾਲ ਜਮਹੂਰੀਅਤ ਹੈ ਇਹ ਕਿਉਂ ਨਹੀਂ ਰਿਲੀਫ ਦੇ ਸਕਦੀ ਸਰ ਮੇਰਾ ਖਿਆਲ ਹੈ ਕਿ ਅਗਰ ਅਸੀਂ ਇਸ ਬਹਿਸ ਦੇ ਵਿੱਚ ਜਾਵਾਂਗੇ ਨਾ ਜਿੰਨਾ ਅਸੀਂ ਕੰਮ ਕਰ ਰਹੇ ਹਾਂ ਜਿੰਨਾ ਆਪਣਾ ਹਿੱਸਾ ਪਾ ਰਹੇ ਹਾਂ ਅਸੀਂ ਉਸ ਤੋਂ ਵੀ ਪਿੱਛੇ ਹਟ ਜਾਂਗੇ ਇਹ ਹੁਣ ਜਿਹੜੇ ਉੱਪਰ ਪਾਲਿਸੀ ਮੇਕਰ ਬੈਠੇ ਨੇ ਜਾਂ ਸਾਡੀ ਲੇਕਿਨ ਤੁਸੀਂ ਵੇਖ ਲਓ ਮੇਰੇ ਤਾਂ ਐਗਰੀ ਕਰੋ ਕਿ ਸਾਡੀ ਪੁਲਿਸਿਸ ਜਿਹੜੀਆਂ ਨਾ ਸਹੀ ਸਮਾਂ ਤੇ ਨਹੀਂ ਜਾ ਰਹੀਆਂ ਜੀ ਬਿਲਕੁਲ ਵੇਖੋ ਨਾ ਤੁਸੀਂ ਕੋਈ ਬਾਹਰ ਇੱਕ ਬੰਦਾ ਕਾਰਖਾਨੇ ਦਾ ਵਿੱਚ ਕੰਮ ਕਰਦਾ ਹੈ ਕਿ ਬਈ ਕੋਈ ਫੈਕਟਰੀ ਕੋਈ ਜਾਬ ਕਰਦਾ ਪਿਆ ਕੋਈ ਮੋਮਬੱਤੀਆਂ ਬਣਾਉਂਦਾ ਜਾਂ ਕੋਈ ਚੀਜ਼ ਬਣਾਉਂਦਾ ਹੈ ਉਹ ਜਦੋਂ ਰਿਟਾਇਰ ਹੁੰਦਾ ਹੈ ਉੱਥੇ ਬਾਹਰ ਉਹਨੂੰ ਪੈਨਸ਼ਨ ਵੀ ਮਿਲਦੀ ਹੈ ਉਹਦੀ ਗਰੈਜੀ ਵੀ ਮਿਲਦੀ ਹੈ ਉਹਦਾ ਲੁੱਕ ਆਫਟਰ ਹੁੰਦਾ ਹੈ ਉਹਨੂੰ ਅਦਵਿਆਤ ਵੀ ਮਿਲਦੀਆਂ ਨੇ ਸਾਡੇ ਇੱਥੇ ਜਿਹੜੇ ਲੋਕ ਨੇ ਫੈਕਟਰੀ ਆਨਰ ਨੇ ਉਹ ਸੋਸ਼ਲ ਸਕਿਉਰਿਟੀ ਦਾ ਕਾਰਡ ਹੀ ਨਹੀਂ ਬਣਾ ਕੇ ਦੇਣਾ ਚਾਹੁੰਦੇ ਮਜ਼ਦੂਰ ਨੂੰ ਨਹੀਂ ਬੰਦਾ ਬਹੁਤ ਮੁਸ਼ਕਲ ਇਹਦੇ 'ਚ ਤਾਂ ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਸਾਡੇ ਇਸ ਐਨ ਜੀ ਓਜ਼ ਜਿਹੜੀ ਨੇ ਐਸਾ ਨਹੀਂ ਹੋ ਸਕਦਾ ਜਿਹੜੀ ਸਾਡੀ ਐਨ ਜੀ ਓਜ਼ ਨੇ ਇਸ ਨਿਜ਼ਾਮ ਦੇ ਖਿਲਾਫ ਵੀ ਕੁਛ ਨਹੀਂ ਬਿਲਕੁਲ ਉਹਨਾਂ ਨੂੰ ਆਪਣੀ ਜੇਬਾਂ ਭਰਨ ਤੋਂ ਫੁਰਸਤ ਮਿਲੇ ਤੇ ਆਵਾਮ ਦਾ ਸੋਚੇ ਬਿਲਕੁਲ ਤੁਸੀਂ ਅੱਛਾ ਮੈਂ ਵੇਖਿਆ ਕਿ ਜ਼ਰਾਵਰ ਅਲੀ ਅਕਬਰ ਮੈਮੋਰੀਅਲ ਦੀਆਂ ਤਸਵੀਰਾਂ ਟਰੱਸਟ ਦੀਆਂ ਸੋਸਾਇਟੀ ਦੇ ਹਵਾਲੇ ਨਾਲ ਵੇਖੀ ਦੀਆਂ ਤੇ ਉਹ ਮੈਡੀਕਲ ਦੇ ਉੱਤੇ ਵੀ ਵੇਖਿਆ ਕੰਮ ਕਰਦੇ ਠੀਕ ਹੈ ਮੈਡੀਕਲ ਮਸਲਾ ਕੀ ਤੁਸੀਂ ਕਰਦੇ ਹੋ ਸਾਡਾ ਸਟਾਰਟ ਹੀ ਕੈਂਪਸ ਤੋਂ ਸੀ ਅੱਛਾ ਕੈਂਪ ਤੁਸੀਂ ਪਹਿਲੇ ਲਾਏ ਨੇ ਮੈਡੀਕਲ ਹਾਂਜੀ ਕੈਂਪਸ ਤੋਂ ਸਟਾਰਟ ਸੀ ਸ਼ਾਦੀਆਂ ਬਾਅਦ ਚੁੱਕ ਰਹੀਆਂ ਸ਼ਾਦੀਆਂ ਅਸੀਂ ਬਾਅਦ ਕਰਵਾਈਆਂ ਕੈਂਪਸ ਸਾਡੇ ਪਹਿਲੇ ਸਨ ਫਿਰ ਅਸੀਂ ਕੈਂਪਸ ਤੋਂ ਆਹਿਸਤਾ 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 ਨੂੰ ਕਲੀਨਿਕਸ ਦੇ ਵਿੱਚ ਆ ਗਏ ਅਸੀਂ 2-3 ਕਲੀਨਿਕ ਵੀ ਇਹਦੇ ਬਣਾਏ ਹੁਣ ਸਾਡੀ ਕੋਸ਼ਿਸ਼ ਹੈ ਵੀ ਕਿ ਅਸੀਂ ਬਾਕਾਇਦਾ ਤੌਰ 'ਤੇ ਇੱਕ ਹੋਸਪਿਟਲ ਦੀ ਬੁਨਿਆਦ ਰੱਖੀ
ਤੇ ਉਹ ਸਾਡੀ ਕੋਸ਼ਿਸ਼ ਸਾਡੀ ਮੈਂ ਵੇਖਿਆ ਮਤਲਬ ਕਿ ਜਿਹੜੇ ਵੀ ਚਾਹੀਦਾ ਆਪਣੇ ਕਰੀਬੀ ਜਗ੍ਹਾ ਸਾਡੀ ਕੋਸ਼ਿਸ਼ ਜਾ ਰਹੀ ਹੈ ਇਨਸ਼ਾਅੱਲਾ ਅਸੀਂ ਕਾਮਯਾਬ ਹੋ ਜਾਵਾਂਗੇ ਇਹਦੇ ਚ। ਅੱਛਾ ਅੱਛਾ ਬਿਲਕੁਲ ਅੱਛਾ ਮੈਂ ਵੇਖਿਆ ਕਿ ਜਿੰਨੇ ਵੀ ਲੋਕ ਚੇਟੀ ਦੇ ਨਾਂ ਤੇ ਹਸਪੀਟਲ ਬਣਾਉਂਦੇ ਨੇ ਮੈਂ ਕਿਸੇ ਦਾ ਆਧਾਰ ਹੀ ਲੈਣਾ ਚਾਹੁੰਦਾ। ਸਾਡੇ ਸ਼ਹਿਰ 'ਚ ਤੁਹਾਨੂੰ ਪਤਾ ਲਾਟ ਆਫ ਇਦਾਰੇ ਕੰਮ ਕਰ ਰਹੇ ਨੇ, ਇਹ ਫਲਾਣਾ ਸੈਂਟਰ ਤੇ ਫਲਾਣਾ ਰਫਾਈ ਇਦਾਰਾ ਤੇ ਫਲਾਣਾ, ਜਦੋਂ ਬੰਦਾ ਅੰਦਰ ਵੜ ਜਾਂਦਾ ਉਹ ਤੇ ਮਰੀਜ਼ ਲੈ ਕੇ ਉੱਥੇ ਡਾਕਟਰ ਦੀ ਵੀ ਇੱਕ ਫੇਰਾ ਲਾਉਣ ਦਾ, ਕਹਿੰਦੇ ਨੀ ਇਹ ਡਾਕਟਰ ਸਾਹਿਬ ਵਿਜ਼ਿਟ ਕਰਕੇ ਗਏ ਨੇ ਇਹਦਾ ਆਧਾਰ ਰੁਪਿਆ ਦਿਓ, ਤੁਹਾਡੇ ਵੀ ਤੇ ਅਸਰ ਆਦੇ ਤੇ ਨਹੀਂ ਸਰ। ਉਹ ਬੇਸਿਕਲੀ ਹਸਪੀਟਲ ਹੀ ਕਮਰਸ਼ੀਅਲ ਨੇ ਜਿਨ੍ਹਾਂ ਨੇ ਚੈਰਿਟੀ ਦਾ ਨਾਮ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਅੱਛਾ ਅੱਛਾ ਤੁਹਾਡਾ ਕਹਿੰਦਾ ਮਤਲਬ ਕਿ ਚੈਰਿਟੀ ਦੇ ਨਾਂ ਇਸਤੇਮਾਲ ਕਰ ਰਹੇ ਨੇ, ਬੇਸਿਕਲੀ ਹੈ ਕੁਐਸਚਨ ਨੇ ਚੈਰਿਟੀ ਹਸਪੀਟਲ ਪਿਓਰ ਚੈਰਿਟੀ ਨੇ, ਉਹ ਚੈਰਿਟੀ ਹੀ ਕਰ ਰਹੇ ਨੇ। ਅੱਛਾ ਅੱਛਾ ਆ ਮੈਂ ਵੇਖਿਆ ਨਾ ਇੱਥੇ ਵੇਖਿਆ ਗਏ ਨੇ ਉਹ ਕਹਿੰਦੇ ਨੇ ਜੀ ਮੈਂ ਕਿਹਾ ਜੀ ਤੁਸੀਂ ਫਲਾਣੇ ਹਸਪਤਾਲ ਲੈ ਜਾਓ ਖਰੈਤੀ ਹਸਪਤਾਲ, ਆਂਦੇ ਭਾਅ ਜੀ ਉੱਥੇ ਗਏ ਸਾਡਾ ਤੇ ਉੱਥੇ ਜਾ ਕੇ ਨਹਾਉਣ ਹੋ ਗਿਆ, ਇਹ ਸਮਝੋ ਕਿ ਸਾਡਾ ਕੁੜਤਾ ਵੀ ਲਾ ਲਿਆ ਉਹਨਾਂ ਨੇ, ਡਾਕਟਰ ਆਂਦਾ ਸੀ ਉਹਦੀ ਵਿਜ਼ਿਟ ਦੀ ਫੀਸ ਵੀ ਪਾਈ ਜਾਂਦੇ ਸੀ, ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਨਾਮ ਇਸਤੇਮਾਲ ਕਰਨਾ ਸ਼ੁਰੂ ਕਰਤਾ, ਲੇਕਿਨ ਹੁਣ ਚੈਰਿਟੀ ਕਮਿਸ਼ਨ ਆਉਣ ਦੀ ਵਜ੍ਹਾ ਤੋਂ ਉਹ ਚੀਜ਼ਾਂ ਕਾਫੀ ਹੱਦ ਤੱਕ। ਤੇ ਤੁਹਾਡਾ ਜਿਹੜਾ ਇਦਾਰਾ ਹੈ ਜੇ ਤੁਸੀਂ ਕੈਂਪ ਲਾਉਂਦੇ ਹੋ, ਮੈਂ ਵੇਖਿਆ ਕੈਂਪ ਦੇ ਅੱਗੇ ਦਵਾਈਆਂ ਵੀ ਪਈਆਂ ਹੁੰਦੀਆਂ ਬਾਅਦ ਦਫਾ, ਉਹ ਅਦਵਿਆਤ ਜਿਹੜੀਆਂ ਹੁੰਦੀਆਂ ਤੇ ਤੁਸੀਂ ਉਹ ਫ੍ਰੀ ਡਿਲੀਵਰ ਕਰਦੇ ਹੋ? ਮੈਡੀਸਨ ਬਿਲਕੁਲ ਫ੍ਰੀ ਹੈ ਜੀ, ਅਲਟਰਾਸਾਊਂਡ ਬਿਲਕੁਲ ਫ੍ਰੀ, ਮਤਲਬ ਬਕਾਇਦਾ ਡਾਕਟਰ ਬੈਠਦੇ ਨੇ ਉੱਥੇ? ਬਕਾਇਦਾ ਡਾਕਟਰ ਬੈਠਦੇ ਨੇ ਜੀ, ਔਰ ਬਕਾਇਦਾ ਤੌਰ ਤੇ ਉਹਨੂੰ ਕਰਦੇ ਨੇ, ਸਾਡੇ ਪੈਨਲ ਦੇ ਡਾਕਟਰ ਮੌਜੂਦ ਨੇ ਜੀ ਜਿਹੜਾ ਕਿ ਸਾਡਾ ਨਾਲ। ਅੱਛਾ ਅੱਛਾ ਪੂਰਾ ਇੱਕ ਅਦਵਿਆਤ ਕੌਣ ਦਿੰਦਾ ਹੈ? ਮਤਲਬ ਮੈਡੀਸਨ ਕੰਪਨੀ ਤੁਹਾਡਾ ਤਾਵਨ ਕਰਦੀਆਂ? ਹਾਂ ਜੀ ਸਪਾਂਸਰ ਕਰਦੀਆਂ ਜੀ। ਅੱਛਾ ਤੁਹਾਨੂੰ ਸਪਾਂਸਰ ਕਰਦੀਆਂ? ਅੱਛਾ ਨੈਸ਼ਨਲ ਕਰਦੀਆਂ, ਮਲਟੀ ਨੈਸ਼ਨਲ ਕੰਪਨੀ ਵੀ ਤੁਹਾਨੂੰ ਸਪਾਂਸਰ ਕਰਦੀਆਂ? ਦੋਨੋਂ ਹੀ, ਦੋਨੇ ਕਰਦੀਆਂ ਦੋਨੇ। ਤੇ ਹੁਣ ਤੱਕ ਤੁਸੀਂ ਕਿੰਨੇ ਇੱਕ ਕੈਂਪ ਕਰ ਚੁੱਕੇ ਹੋ? ਹੁਣ ਤੱਕ ਜੀ ਅਸੀਂ ਲਾ ਤਾਦਾਦ ਕੈਂਪ ਕਰ ਚੁੱਕੇ, ਲਾ ਤਾਦਾਦ ਕੈਂਪ ਕਰ ਚੁੱਕੇ, ਫਿਗਰ ਬੈਸਟ ਹੈ ਮੌਜੂਦ ਨਹੀਂ ਲੇਕਿਨ ਲਾ ਤਾਦਾਦ ਕਰ ਚੁੱਕੇ। ਬਿਲਕੁਲ ਬਿਲਕੁਲ, ਬੜੀ ਜ਼ਬਰਦਸਤ ਤੁਹਾਡੀ ਐਫਰਟ ਹੈ ਜੀ, ਇੰਨਾ ਰਿਲੀਫ ਦੇਣਾ ਪਬਲਿਕ ਨੂੰ, ਮੈਂ ਕਹਿੰਦਾ ਕਿ ਬੜੀ ਵੱਡੀ ਗੱਲ। ਔਰ ਇਸ ਤੋਂ ਬਾਅਦ ਬੇਕਸਬ ਇੱਕ ਚੀਜ਼ ਹੋਰ ਮਿਸਿੰਗ ਹੋ ਰਹੀ, ਸ਼ਾਇਦ ਮੈਂ ਦੱਸਦਾ, ਕਿਸੇ ਸ਼ਜਰਕਾਰੀ ਬੜੀ ਕੀਤੀ। ਅੱਛਾ ਇਹ ਤਾਂ ਸਭ ਤੋਂ ਵੱਡਾ ਜਿਹੜਾ ਸਾਡੀ ਗੌਰਮੈਂਟ ਵੀ ਚਾਹੀਦੀ ਵੀ ਸ਼ਜਰਕਾਰੀ ਕਰਨੀ ਚਾਹੀਦੀ ਹੈ। ਵੇਖੋ ਮਾਹੌਲਿਆਂ ਦੀ ਲੂਦਗੀ ਬਹੁਤ ਹੈ, ਸਾਡਾ ਜਿਹੜਾ ਲਾਹੌਰ ਸ਼ਹਿਰ ਹੈ ਸਭ ਤੋਂ ਜਿਹੜੇ ਦੀ ਰੇਟਿੰਗ ਜਿਹੜੀ ਬੁਰੀ ਹੈ, ਇੱਥੇ ਫਜ਼ਾਈ ਪੋਲੂਸ਼ਨ ਹੈ। ਸਭ ਕੋਸ਼ਿਸ਼ ਕੀਤੀ ਕਿ ਅਸੀਂ ਕਬਰਸਤਾਨ, ਰੇਲਵੇ ਸਟੇਸ਼ਨ, ਮੇਨ ਰੋਡ ਇਹਨਾਂ ਦੇ ਨਾਲ ਨਾਲ ਅਸੀਂ ਨਾ ਮਤਲਬ ਜਿਹੜਾ ਬੰਦਾ ਲੰਘਦਾ ਮਤਲਬ ਥੱਲੇ ਬਹਿ ਜਾ ਸਾਹ ਵੀ ਲੈ ਲਏਗਾ। 37,000 ਅਸੀਂ ਪੌਦੇ ਉੱਤੇ। ਅੱਛਾ ਇਹ ਬੜੀ ਤੁਸੀਂ ਗੱਲ ਕੀਤੀ ਹੈ, ਸਾਡੇ ਜਿਹੜੀਆਂ ਰੋਡਾਂ ਦੇ ਉੱਤੇ ਲਾਉਣ ਦੀ ਜ਼ਰੂਰਤ ਹੈ, ਜਿੱਥੇ ਰੇਲਵੇ ਟਰੈਕਸ ਨੇ, ਜਿੱਥੇ ਸੜਕਾਂ ਨੇ, ਜਿੱਥੋਂ ਟ੍ਰੈਫਿਕ ਲੰਘ ਰਹੀ ਹੈ, ਤਾਂ ਕਿ ਜਿਹੜਾ ਵੀ ਮਿੱਠੀ ਘੱਟਾ ਉੱਡਦਾ ਹੈ ਮੇਰਾ ਖਿਆਲ ਹੈ ਬੜੀ ਹੱਦ ਤੱਕ ਬਹੁਤ ਹੱਦ ਤੱਕ ਸ਼ਾਰਟ ਹੋ ਜਾਂਦੇ, ਜਵਾਨ ਹੋ ਗਏ ਦਰਖਤ ਹਾਂਜੀ ਦਰਖਤ ਜਿਹੜੇ ਨੇ ਪੱਤੇ ਨੇ ਉਹਨਾਂ ਨਾਲ ਚਿਮੜ ਚਿਮੜ ਜਾਂਦਾ ਤੇ ਉਹ ਜਿਹੜਾ ਨਾ ਉਹ ਕਾਫੀ ਹੱਦ ਤੱਕ ਪੋਲੂਸ਼ਨ ਜਿਹੜੀ ਨੇ ਉਹ ਘੱਟ ਜਾਂਦੀ। ਬਿਲਕੁਲ ਬਿਲਕੁਲ ਬੜੀ ਗੱਲ ਹੈ ਜੀ। ਤੇ ਅੱਜ ਕੱਲ੍ਹ ਖਾਨ ਸਾਹਿਬ ਕੋਈ ਸਰਦੀਆਂ ਨੇ ਤੇ ਤੁਹਾਡੀ ਐਨ ਜੀ ਕੋਈ ਐਸੀ ਵੀ ਹੈ ਜਿਹੜੇ ਕੋਈ ਸਾਨੂੰ ਗਰਮ ਗਰਮ ਕੱਪੜੇ ਲੈ ਦੇ ਜਿਹੜੇ ਬਾਲਾਂ ਚੜੇ? ਅਸੀਂ ਬੱਚਿਆਂ ਨੂੰ ਕਰ ਰਹੇ ਹਾਂ ਸਲਮ ਏਰੀਆਜ਼, ਰਿਮੋਟ ਏਰੀਆਜ਼, ਹਰ ਸਾਲ ਅਸੀਂ ਦਸੰਬਰ ਦੇ ਵਿੱਚ ਆ ਕੇ ਅਸੀਂ ਗਰਮ ਜੈਕਟਸ, ਅਸੀਂ ਬੀ ਪਲੱਸ ਜਿਹੜੇ ਜੈਕਟਸ ਬਹੁਤ ਵੱਡਾ ਕੰਮ ਹੈ, ਕਰਾਚੀ ਤੋਂ ਮੰਗਵਾ ਕੇ ਫਿਰ ਉਹ ਜਿਹੜੇ ਸਲਮ ਔਰ ਰਿਮੋਟ ਏਰੀਆਜ਼ ਦੀ ਕੱਚੀ ਆਬਾਦੀਆਂ ਨੇ ਹਾਂਜੀ ਜਿੱਥੇ ਤੁਸੀਂ ਦੇਖਿਆ ਅਕਸਰ ਨੰਗ ਦੜੰਗ ਬੱਚੇ, ਹਾਂਜੀ ਮੈਂ ਉਹ ਗੱਲ ਕਰ ਲਾਂਗਾ, ਸਾਡੀ ਜਿਹੜੀ ਪਬਲਿਕ ਨੇ ਵਿਚਾਰੀ ਇਹ ਅਫੋਰਡ ਹੀ ਨਹੀਂ ਕਰ ਸਕਦੀ, ਜਰਸੀਆਂ, ਗਰਮ ਕੱਪੜੇ, ਜਰਾਬਾਂ, ਜੁੱਤੀਆਂ, ਬੂਟ। ਮੈਂ ਵੇਖਿਆ ਮੈਂ ਆਪਣੇ ਚੂੰਕਿ ਮੈਂ ਕਈ ਤਲੀਮੀ ਦੇਰਾਂ ਦੇ ਅਦਾਰਿਆਂ ਦੇ ਵਿੱਚ ਵੀ ਗਿਆ ਤੇ ਬੱਚਿਆਂ ਵੇਖਿਆ ਹੁੰਦਾ ਵਿਚਾਰਿਆਂ ਨੇ ਜੇ ਸਕੂਲ ਦੀ ਵਰਦੀ ਹੈ ਤੇ ਉਹ ਵੀ ਚੱਜ ਨਾਲ ਨਹੀਂ ਪਾਈ ਹੁੰਦੀ, ਉੱਥੇ ਉਹਨਾਂ ਕੋਲ ਜਰਸੀ ਪਾਉਣ ਲਈ ਨਹੀਂ ਹੁੰਦੀ, ਤੇ ਤੁਹਾਡਾ ਮਤਲਬ ਕਿ ਅਦਾਰਾ ਇਸ ਦੇ ਉੱਤੇ ਵੀ ਵਰਕ ਕਰ ਰਿਹਾ ਤੇ ਇਸ ਦਫਾ ਵੀ ਤੁਸੀਂ ਸਰਦੀਆਂ ਇਸ ਦਫਾ ਵੀ ਕਰਾਂਗੇ ਇਨਸ਼ਾਅੱਲਾ, ਤੁਹਾਨੂੰ ਇਨਵਾਈਟ ਕਰਾਂਗੇ। ਬਿਲਕੁਲ ਠੀਕ ਹੈ, ਸਾਡੇ ਤੁਸੀਂ ਬਲਕਿ ਸਾਡਾ ਜਿਹੜਾ FM 4K ਸਟੂਡੀਓ ਤੁਹਾਡੇ ਨਾਲ ਸ਼ਾਨਾ ਬਸ਼ਾਨਾ ਖੜਾ ਤੇ ਇਨਸ਼ਾਅੱਲਾ ਤੁਹਾਡੀ। ਅੱਛਾ ਇਹ ਜਿਹੜਾ ਜ਼ੋਰਾਵਰ ਅਲੀ ਅਕਬਰ ਮੈਮੋਰੀਅਲ ਸੁਸਾਇਟੀ ਸਰ, ਇਹਦੇ ਕੋਈ ਮੁਸਤਕਬਲ ਚ ਕੀ ਪਲੈਨ ਹੈ? ਵੇਖੋ ਤੁਸੀਂ ਹਰ ਕੰਮ ਕਰੀ ਜਾ ਰਹੇ ਹੋ, ਅੱਜ ਮੈਂ ਤੁਹਾਨੂੰ ਕਿਧਰੋਂ ਕਿਧਰੋਂ ਫੜਾ ਤੇ ਕਿਧਰੋਂ ਕਿਧਰੋਂ ਨਾ ਫੜਾ, ਜੇ ਬਿਊਟੀਸ਼ੀਅਨ ਹੈ ਉਧਰ ਤੁਸੀਂ, ਤੁਸੀਂ ਸਿਲਾਈ ਕਢਾਈ ਦਾ ਉਧਰ ਤੁਸੀਂ, ਸ਼ਾਦੀਆਂ ਦਾ ਉਧਰ ਤੁਸੀਂ, ਮੈਡੀਕਲ ਦਾ ਉਧਰ। ਪਲੈਨ ਤੇ ਸਾਡੇ ਬਹੁਤ ਜ਼ਿਆਦਾ ਨੇ ਇਨਸ਼ਾਅੱਲਾ ਤਾਲਾ, ਲੇਕਿਨ ਆਹਿਸਤਾ ਆਹਿਸਤਾ ਥੋੜੇ ਅਸੀਂ। ਅੱਛਾ ਤੁਹਾਡੇ ਜ਼ਿਹਨ ਚ ਆਉਂਦੀ ਚੀਜ਼ ਕਿ ਇਹਦੇ ਤੇ ਕੰਮ ਕਰਨਾ ਚਾਹੀਦਾ ਹੈ, ਜਾਂ NGOs ਨੂੰ ਕੋਈ ਪ੍ਰੋਜੈਕਟ ਦਿੰਦਾ ਹੈ ਕਿ ਤੁਸੀਂ ਤੁਹਾਡੇ ਮੁਲਕ 'ਚ ਸਰਵੇ ਹੁੰਦਾ ਜਾਂ ਸਾਡੇ ਕੋਈ ਇਹ ਸਰਵੇ ਤੁਹਾਡੇ 'ਚ ਇਹ ਕਮੀ ਹੈਗੀ, ਇੱਥੇ ਕੰਮ ਕਰੋ, ਇੱਥੇ ਕਰੋ, ਇਹ ਸਾਡੇ ਨਾਜ਼ਰੀ ਨੂੰ ਇੱਥੇ ਦੱਸੋ ਜ਼ਰਾ। ਬੇਗ ਸਾਹਿਬ ਹੁਣ ਮੁਖਲਿਫ ਪ੍ਰੋਜੈਕਟਸ ਵੀ ਆਉਂਦੇ ਨੇ, ਲੇਕਿਨ ਹੁਣ ਐਕਸਪੀਰੀਅੰਸ ਤੁਹਾਡਾ ਇੰਨਾ ਕਿ ਤੁਸੀਂ, ਤੁਹਾਨੂੰ ਪਤਾ ਹੁੰਦਾ ਕਿ ਯਾਰ ਮੈਂ ਅਗਰ ਇਸ ਪੋਰਸ਼ਨ ਨੂੰ ਮੇਰੀ ਵਿੱਚ ਤੋਂ ਫਿਲ ਹੋ ਜਾਂਦਾ ਤਾਂ ਬਹੁਤ ਅੱਛਾ, ਤੇ ਉਹ ਅੱਲਾਹ ਦਾ ਸ਼ੁਕਰ ਅਲਹਮਦੁਲਿਲਾ ਕਿ ਅਸੀਂ ਜਿੱਥੇ ਵੀ ਮਤਲਬ ਗਏ, ਤੁਸੀਂ ਕਾਫੀ ਜਗ੍ਹਾ ਤੇ ਖੁਦ ਵੀ ਆਏ ਹੋ ਜੀ ਜੀ, ਹੁਣ ਦੇਖਿਆ ਕਿ ਬੜਾ ਅੱਛਾ ਤਰੀਕੇ ਨਾਲ ਸਾਰਾ ਸਿਲਸਿਲਾ ਮੈਨੇਜ ਹੋ ਰਿਹਾ। ਅੱਛਾ ਤੁਹਾਡੇ ਸਾਡੇ ਵੇਖੋ ਤੁਸੀਂ ਜਿਵੇਂ ਇੱਕ ਅੱਛਾ ਮੇਰੇ ਜ਼ਿਹਨ 'ਚ ਆ ਗਿਆ
ਤੁਸੀਂ ਮਾਸ਼ਾ ਅੱਲਾਹ ਲਾਟ ਆਫ ਕੰਮ ਕਰਦੇ ਪਏ, ਠੀਕ ਹੈ, ਐਨ ਜੀ ਓ ਨੇ ਤੁਹਾਡੇ, ਸਾਡੇ ਸ਼ਹਿਰ ਚ ਬਹੁਤ ਸਾਰੀਆਂ ਐਨ ਜੀ ਓ ਨੇ ਹੋਰ ਵੀ ਕੰਮ ਕਰਦੇ ਪਏ। ਇੱਕ ਤਕਰੀਬ ਦੇ ਵਿੱਚ ਮੈਂ ਵੇਖਿਆ ਕਿ ਐਨ ਜੀ ਓ ਦੀ ਐਨ ਜੀ ਓ ਵੀ ਬਣੀ ਸੀ, ਉਹਦੇ ਵਿੱਚ ਤੁਸੀਂ ਪ੍ਰੈਜੀਡੈਂਟ ਸੋ। ਅੱਛਾ, ਤੁਹਾਡੀ ਉਹ ਜਿਹੜੇ ਲੋਕ ਮਿਲ ਕੇ ਇਕੱਠੇ ਹੋਏ ਸਨ ਕਿ ਬਈ ਬਿਹਤਰ ਕੰਮ ਲਈ, ਉਹ ਐਨ ਜੀ ਓ ਤੁਹਾਡੀ ਮੌਜੂਦ? ਉਹ ਜੀ ਗੁਜਰਾਂਵਾਲਾ ਸਿਵਲ ਸੁਸਾਇਟੀ ਨੈਟਵਰਕ ਸੀ, GCN। ਜੀ ਜੀ, ਕਿ ਉਹ ਗੁਜਰਾਂਵਾਲਾ ਦੀ ਜਿੰਨੀ ਐਨ ਜੀ ਓ ਨੇ ਕੋਈ 200-300 ਜਿਹੜੀਆਂ ਰਜਿਸਟਰਡ ਨੇ, ਜਿਹੜੀਆਂ ਕਿ ਹੁਣ ਚੈਰਿਟੀ ਕਮਿਸ਼ਨ ਦੇ ਉਹਦੇ ਪਲੇਟਫਾਰਮ ਤੇ ਆ ਗਈਆਂ ਨੇ, ਜਿਨ੍ਹਾਂ ਨੂੰ ਮਤਲਬ ਉਹਨਾਂ ਨੇ ਬਾਕੀਆਂ ਨੂੰ ਆਊਟ ਕਰਤਾ, ਪਹਿਲੇ 700 ਸਨ, ਉਹਦਾ ਵੀ ਮੈਂ ਪ੍ਰੈਜ਼ੀਡੈਂਟ ਹਾਂ ਜੀ ਡਿਸਟ੍ਰਿਕਟ ਗੁਜਰਾਂਵਾਲਾ। ਬੜੀ ਗੱਲ ਆ, ਮੇਰੇ ਜ਼ਿਹਨ ਚ ਆ ਗਿਆ ਬਿਲਕੁਲ। ਅੱਛਾ ਖਾਨ ਸਾਹਿਬ, ਜਾਂਦੇ ਜਾਂਦੇ ਮੈਂ ਫਿਰ ਇੱਕ ਵਾਰੀ ਤੁਹਾਡੇ ਕੋਲ ਪੁੱਛਾਂਗਾ ਕਿ ਸਾਡਾ ਜਿਹੜਾ ਇੱਥੇ ਤੁਸੀਂ ਓਲਡ ਹੋਮ ਬਣਾਇਆ ਜੀ ਜੀ, ਉਹਦੇ ਚ ਕਿੰਨੇ ਲੋਕ ਨੇ? ਸਾਡੇ ਕੋਲ ਜੀ ਇਸ ਟਾਈਮ 21 ਲੋਕ ਨੇ। ਮਤਲਬ ਕਿ 21 ਲੋਕ ਨੇ, ਤੇ ਕੀ ਉਹਨਾਂ ਦਾ ਏਜ ਫੈਕਟਰ ਕੀ ਹੈ? ਏਜ ਫੈਕਟਰ ਜੀ ਉੱਥੇ 50, 60, 65, 70। ਅੱਛਾ, ਉੱਥੇ ਤੁਸੀਂ ਕੀ ਉਹਨਾਂ ਨੂੰ ਸਪਲਾਈ ਕਰਦੇ ਹੋ? ਖਾਣਾ ਸ਼ਾਣਾ? ਅਸੀਂ ਖਾਣਾ ਦੇ ਰਹੇ ਹਾਂ ਉਹਨਾਂ ਨੂੰ, ਮੈਸ ਦੇ ਰਹੇ ਹਾਂ, ਲਾਂਡਰੀ ਦੇ ਰਹੇ ਹਾਂ, ਆਪਣਾ ਮੈਡੀਸਨ ਦਾ ਦੇ ਰਹੇ ਹਾਂ ਉੱਥੇ ਬਕਾਇਦਾ। ਕੋਲ ਸਰ ਲਾਂਡਰੀ ਦਾ ਬੰਦਾ ਅਲੱਗਾ ਮੌਜੂਦ ਹੈ, ਕਿਚਨ ਦਾ ਅਲੱਗਾ ਮੌਜੂਦ ਹੈ। ਅੱਛਾ, ਗੁਜਰਾਲਾ ਜੀ ਕੋਈ ਕਿਹੜੀ ਜਗ੍ਹਾ ਤੇ ਤੁਹਾਡਾ ਇਦਾਰਾ ਹੈ? ਇਹ ਜੀ ਗੁਲਬਰਗ ਟਾਊਨ ਚ, ਗੁਲਬਰਗ ਟਾਊਨ ਦੇ ਵਿੱਚ, ਨਸ਼ਹਿਰ ਰੋਡ। ਨਸ਼ਹਿਰ ਰੋਡ ਤੇ ਕਿਨੇ ਇਹਦਾ ਬਾਉਂਡਰੀ ਕੀ ਸੀ? 1.5 ਕਨਾਲ ਚ। 1.5 ਕਨਾਲ ਦੇ ਵਿੱਚ ਨੇ, ਤੇ ਤੁਸੀਂ ਸਾਡੇ ਸ਼ਹਿਰ ਵਿੱਚੋਂ ਹੀ ਲੋਕ ਰਹੇ ਜਾਂ ਕੋਈ ਅੱਗੋਂ ਪਿੱਛੋਂ ਨੇ? ਨਹੀਂ, ਮੁਖਲਿਫ ਸ਼ਹਿਰ ਦੇ ਚੋਣੇ, ਸ਼ਹਿਰ ਦੇ ਮੁਖਲਿਫ ਇਲਾਕਿਆਂ ਚੋਂ। ਅੱਛਾ ਅੱਛਾ, ਬੜੀ ਗੱਲ ਹੈ, ਲੇਕਿਨ ਬਹੁਤ ਅੱਛਾ ਕੰਮ ਕਰ ਰਿਹਾ ਤੁਹਾਡਾ ਦਾਰਾ। ਲੇਕਿਨ ਇਹਦੇ ਨਾਲ ਨਾਲ ਦੁੱਖ ਵੀ ਹੁੰਦਾ ਕਿ ਉਹ ਲੋਕ ਕਿੰਨੇ ਬਦਨਸੀਬ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਜਿਹੜੇ ਨਾ ਔਲਾਦ ਜਿਹੜੀ ਕਰੋ ਘੱਟ ਦਿੰਦੇ। ਸਰ ਹੁਣ ਇੱਕ ਅਸੀਂ ਉਹਦਾ ਇੱਕ ਹੋਰ ਇਨੀਸ਼ੀਏਟਿਵ ਲਿਆ ਨਾ, ਯਤੀਮ ਖਾਨੇ ਤੋਂ ਲੋਕ ਬੱਚੇ ਅਡੋਪਟ ਕਰਦੇ ਨੇ, ਸਾਡੇ ਕੋਲ ਆ ਕੇ ਪੇਰੈਂਟਸ ਅਡੋਪਟ ਕਰਦੇ ਨੇ। ਹਾਏ ਹਾਏ, ਬਹੁਤ ਅੱਛੀ ਗੱਲ ਹੈ, ਬੜੀ ਗੱਲ ਹੈ। ਅੱਛਾ ਵੇਖੋ, ਉਹ ਲੋਕ ਕਿੰਨੇ ਬਦਕਿਸਮਤ ਨੇ ਜਿਹੜੇ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ। ਮੇਰੇ ਕਈ ਦੋਸਤ ਐਸੇ ਨੇ, ਉਹ ਕੈਸੇ ਅਜ਼ੀਮ ਇਨਸਾਨ ਨੇ ਜਿਹੜੇ ਉਹ ਕਿਸੇ ਦੇ ਪਿਓ ਨੂੰ ਆਪਣਾ ਪਿਓ ਮੰਨ ਲੈਂਦੇ। ਵੇਖ ਸਰ, ਕੁਝ ਦੋਸਤ ਐਸੇ ਨੇ ਜਿਨ੍ਹਾਂ ਨੇ ਕਿਹਾ ਕਿ ਜੀ ਕਿ ਇਹਨਾਂ ਦੀ ਮੈਸ ਮੇਰੇ ਜ਼ਿੰਮੇ, ਮੇਰਾ ਨਾਮ ਕਿਤੇ ਨਾ ਆਏ, ਇਹਨਾਂ ਦਾ ਲਾਂਡਰੀ ਮੇਰੇ ਜ਼ਿੰਮੇ, ਇਹਨਾਂ ਦੀ ਮੈਡੀਸਨ, ਇਹਨਾਂ ਦਾ ਸਾਰਾ ਕੁਝ ਮੇਰੇ ਜ਼ਿੰਮੇ, ਮੇਰਾ ਨਾਮ ਨਾ ਆਏ। ਐਸੇ ਵੀ ਦੋਸਤ ਹੈ ਨੇ, ਬੜੀ ਗੱਲ। ਲੋਕ ਬੱਚੇ ਅਡੋਪਟ ਕਰਦੇ ਸਨ, ਹੁਣ ਲੋਕ ਪੇਰੈਂਟਸ ਅਡੋਪਟ ਕਰ ਰਹੇ ਹਨ। ਬੜੀ ਗੱਲ ਹੈ, ਇਸ ਗੱਲ ਦੇ ਉੱਤੇ ਖੁਸ਼ੀ ਵੀ ਹੈ ਤੇ ਲੇਕਿਨ ਦਿਲ ਜਿਹੜਾ ਤਕਲੀਫ ਵੀ ਹੁੰਦੀ ਕਿ ਸਾਨੂੰ ਆਪਣੇ ਵਾਲਦਿਆਂ ਦੇ ਨਾਲ ਪਿਆਰ ਕਰਨਾ ਚਾਹੀਦਾ। ਖਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਟਾਈਮ ਦਿੱਤਾ ਸਾਨੂੰ। ਸਾਡਾ ਜਿਹੜਾ ਜ਼ਰਾਵਰ ਅਲੀ ਅਕਬਰ ਮੋਲੀ ਸੁਸਾਇਟੀ ਜਿਹੜੀ ਇਹਦੇ ਬਾਰੇ ਬਹੁਤ ਸਾਰੀ ਮੁਫੀਦ ਮਾਲੂਮਾਤ ਦਿੱਤੀ ਹੈ। ਜਾਂਦੇ ਜਾਂਦੇ ਨਾਜ਼ਰੀਨ, ਤੁਹਾਡੀ ਨਜ਼ਰ ਇੱਕ ਸ਼ੇਰ, ਇੱਕ ਮਨ ਕਣਕ 'ਚ ਸੇਰ ਜੌਵਾਂ ਦੀ ਪਾ ਕੇ, ਮਨ ਕਣਕ 'ਚ ਸੇਰ ਜੌਵਾਂ ਦੀ ਪਾ ਕੇ, ਐਵੇਂ ਕਣਕ ਦੀ ਕੀਮਤ ਘਟਾਈ ਦੀ ਨਹੀਂ, ਬਾਹਰ ਦੀ ਚੋਪੜੀ ਨਾਲੋਂ ਘਰ ਦੀ ਸੁੱਕੀ ਚੰਗੀ, ਆਟਾ ਦੇ ਕੇ ਜਵਾਰ ਵਟਾਈ ਦੀ ਨਹੀਂ, ਤੇ ਚਲਾਕ ਰਾਣਾ ਨਾਲੋਂ ਯਾਰੋ ਮਾਤੜ ਮਾਂ ਪਿਓ ਚੰਗਾ, ਐਵੇਂ ਮਾਂ ਪਿਓ ਦੀ ਇੱਜ਼ਤ ਘਟਾਈ ਦੀ ਨਹੀਂ। ਬਹੁਤ ਸ਼ੁਕਰੀਆ ਸਰ।